ਮੌਤ ਅਟਲ ਸੱਚਾਈ ਹੈ। ਮੌਤ ਕਦੋਂ ਅੱਜ ਬੈਠੇ ਪਿਆਰੇ ਸਾਹਿਬ ਸਿੰਘ ਜੀ ਗੱਲ ਨੂੰ ਪਤੇ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਸ਼੍ਰੀ ਰਾਮ। ਮੇਰੇ ਤੋਂ ਪਹਿਲਾਂ ਸ਼ਰਧਾਂਜਲੀ ਦਿੰਦੇ ਹਾਂ ਵਸੇਮ ਲਾਲ ਜੀ, ਜਿਹਨਾਂ ਨੂੰ ਅਸੀਂ ਸਾਰੀ ਜ਼ਿੰਦਗੀ ਭਾਪਾ ਜੀ ਕਹਿੰਦੇ ਰਹੇ ਹਾਂ, ਮੇਰੇ ਬਾਪ ਸਮਾਨ ਸੀ। ਇਸ ਪਰਿਵਾਰ ਬਾਰੇ, ਭਾਪਾ ਜੀ ਦੇ ਸੁਭਾਅ ਬਾਰੇ ਸਾਰੀ ਜਾਣਕਾਰੀ ਦਿੱਤੀ। ਇਹ ਸੱਚਾਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਜੁੜ ਬੈਠੇ ਸਰਬੱਤ ਭਾਈ ਭਾਈ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਤਰਸੇਮ ਲਾਲ ਜੀ ਜੋ ਇਸ ਫਾਨੀ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ, ਜਾਣਾ ਸਭ ਨੇ ਆ। ਵਾਹਨ ਸੋਚ ਬੈਠੇ ਸਾਸਨ ਜੀ ਕਹਿਣਾ ਪ੍ਰਭੂ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਗਤ ਪਰਿਵਾਰ ਦੇ ਅੰਦਰੋਂ ਤਰਸੇਮ ਲਾਲ ਜੀ ਜੋ ਜਨਸੰਘ ਤੋਂ ਲੈ ਕੇ ਅੱਜ ਤੱਕ ਭਾਰਤੀ ਜਨਤਾ ਪਾਰਟੀ ਤੱਕ ਉਹਨਾਂ ਨੇ ਇੱਕ ਸਫਲ ਪਰਿਵਾਰ ਦੇ ਰਹਿੰਦੇ ਸਮਾਜ ਕਾ ਖਾਲਸਾ, ਵਾਹਿਗੁਰੂ ਜੀ। ਪਿਆਰੀ ਸਤਿਸੰਗ ਜੀ, ਕਿਸੇ ਵੀ ਬੁਲਾਰੇ ਨੇ ਕੋਈ ਚੀਜ਼ ਛੱਡੀ ਨਹੀਂ ਜੋ ਤਰਸੇਮ ਜੀ ਦੇ ਬਾਰੇ ਨਾ ਦੱਸਣਾ। ਇਹਦੇ ਵਿੱਚ ਕੋਈ ਦੋ ਰਾਏ ਵੀ ਨਹੀਂ ਹਨ। ਤਰਸੇਮ ਜੀ 'ਚ ਸਭ ਤੋਂ ਵੱਡਾ ਵਾਧਾ ਸੀ ਵੀ ਉਹ ਹਰ ਬੰਦੇ ਦੇ ਨਾਲ ਸਨ, ਹਰ ਬੰਦਾ ਉਹਨਾਂ ਦੇ ਨਾਲ। ਉਹਨਾਂ ਨੇ ਕਦੀ ਧੜਾ ਨਹੀਂ ਬਦਲਿਆ। ਗੱਜਾਂ ਨੂੰ ਸਾਰੇ ਅਸੀਂ ਅੱਜ ਬੜੇ ਸਤਿਕਾਰ ਦੇ ਨਾਲ ਯਾਦ ਕਰ ਰਹੇ ਹਾਂ, ਜਿਨ੍ਹਾਂ ਦਾ ਪਰਮਕਾਰ, ਜਿਨ੍ਹਾਂ ਦਾ ਪਿਆਰ, ਜਿਨ੍ਹਾਂ ਦਾ ਇਸ ਸਮਾਜ ਲਈ ਕੀਤੇ ਹੋਏ ਕੰਮਕਾਜ ਵਿਹਾਰ, ਜਿਨ੍ਹਾਂ ਬਾਰੇ ਸਾਰੇ ਸਤਿਕਾਰਯੋਗ ਸਾਥੀ ਅੱਜ ਜ਼ਿਕਰ ਕਰਕੇ ਗਏ ਨੇ। ਮਨੁੱਖ ਦਾ ਜੀਣਾ ਐਸਾ ਹੋਣਾ ਚਾਹੀਦਾ ਜੈਸੇ ਸ੍ਰੀ ਤਰਸੇਮ ਲਾਲ ਜੀ ਜੀ ਕੇ ਗਏ। ਬਹੁਤ ਖੂਬਸੂਰਤ ਇੱਕ ਭਰੀ ਗੁਰਬਾਣੀ ਜਿਹੜੀ ਆ ਸਮਾਜ ਦੀ ਸੇਵਾ ਵਾਸਤੇ ਉਹਨਾਂ ਦੇ ਪਿੱਛੇ ਖੜੀ ਆ। ਔਰ ਜਿੰਨੀ ਵੀ ਸਿਫਤ ਕਰਨੀ ਹੈ ਗੁਰੂ ਮਹਾਰਾਜ ਦੀ ਹਾਜ਼ਰੀ 'ਚ, ਠੀਕ ਨਹੀਂ ਲੱਗਦਾ ਉੰਨੀ ਥੋੜ੍ਹੀ ਆ। ਚੰਗੀਆਂ ਸਿੱਖਿਆਵਾਂ, ਚੰਗੀ ਮੱਤ ਉਹਨਾਂ ਨੇ ਆਪਣੇ ਸਾਰੇ ਪਰਿਵਾਰ ਨੂੰ ਦਿੱਤੀ ਆ, ਔਰ ਚੰਗਾ ਵਧੀਆ ਨਾਂ ਕਮਾ ਕੇ ਅੱਜ ਉਹ ਸੰਸਾਰ ਦੇ ਵਿੱਚ ਉੱਛਤ ਹੋਏ ਆ, ਜਿਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ। ਬੇਟਾ ਇੱਕ ਮਿੰਟ ਰੁਕੋ,
Thank you.
ਸਾਡੇ ਬਹੁਤ ਹੀ ਸਤਿਕਾਰ ਜੋ ਤਰਸੇਮ ਰਾਜ ਸੰਗਤ ਅੱਜ ਤੋਂ ਕੁਝ ਦਿਨ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਭੋਗ ਕਰਕੇ ਪਰਲੋਕ ਗਮਨ ਕਰ ਗਏ। ਇਹਨਾਂ ਦੇ ਨਿਮਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ। ਉਪਰੰਤ ਤੁਰਕੀ ਬਾਣੀ ਆਈ ਦਿਨ ਸਗਲੀ ਚਿੰਤ ਮਟਾਈ ਜੀ ਦੇ ਜਾਪ ਕਰਵਾ ਕਰਕੇ ਸਾਹਿਬ ਅਸੀਂ ਕੀਰਤਨ ਕਰਨ ਵਾਸਤੇ ਆਏ ਹਾਂ। ਉਹਨਾਂ ਦੀ ਅਰਦਾਸ ਦੇ ਵਿੱਚ ਸ਼ਾਮਿਲ ਹੋਣਾ ਹੈ। ਅਸੀਂ ਉਹਨਾਂ ਦੀ ਕਲਿਆਣਤਾ ਵਾਸਤੇ ਅਰਦਾਸ ਬੇਨਤੀ ਕਰਨੀ ਹੈ। ਜੇ ਅਸੀਂ ਆਪਣੀਆਂ ਗੱਲਾਂ ਬਾਤਾਂ ਕਰਕੇ ਘਰਾਂ ਨੂੰ ਕਰੇ ਗਏ ਨਾ ਇਹ ਘੜੀ ਸਾਡੇ ਕੰਮ ਆਈ। ਸਤਿਗੁਰੂ ਜੀ ਦੀ ਬਾਣੀ ਨੇ ਕਿਹਾ ਜਿੱਥੇ ਜਾਏ ਪਈ ਹੈ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ। ਉਹਨਾਂ ਦੀ ਰੂਹ ਦੀ ਕਲਿਆਣਤਾ ਵਾਸਤੇ ਉਹਨਾਂ ਦੇ ਪਰਿਵਾਰ ਦੇ ਪਿੱਛੇ ਅਸੀਂ ਭਲਾ ਮੰਗਣ ਵਾਸਤੇ ਆਏ ਹਾਂ। ਸਤਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਪੌਣੇ 2 ਵਜੇ ਤੱਕ ਕੀਰਤਨ ਹੋਵੇਗਾ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਖਾਸ ਕਰਕੇ ਆਪਣੀਆਂ ਮਾਤਾਵਾਂ ਨੂੰ ਭੈਣਾਂ ਨੂੰ ਭਾਈ ਰੌਲਾ ਨਹੀਂ ਪਾਉਣਾ। ਅਸੀਂ ਕਿਸੇ ਦੇ ਗਲ ਨਹੀਂ ਮਿਲਣਾ। ਜੇ ਅਸੀਂ ਆਏ ਹਾਂ ਸਾਰੇ ਭੈਣ ਭਰਾ ਇਕੱਠੇ ਹੋ ਕੇ ਤਾਂ ਅਸੀਂ ਉਹਨਾਂ ਨੂੰ ਰਵਾਈਏ ਨਾ, ਸਗੋਂ ਆਪਾਂ ਉਹਨਾਂ ਨੂੰ ਦਿਲਾਸਾ ਦੇਈਏ। ਅਸੀਂ ਉਹਨਾਂ ਦੇ ਗਲ ਲਾ ਕੇ ਖੁਦ ਕਿਉਂ ਰੋ ਰਹੇ ਹਾਂ? ਤੁਸੀਂ ਰੋਵੋ ਰੋਵਨ ਆਈ ਹੋ ਝੂਠ ਮੁੱਠੀ ਸੰਸਾਰੇ। ਜਾਣਦੇ ਹੋਏ ਨਾ ਕਿ ਜਿਸ ਜਗ੍ਹਾ ਤੇ ਉੱਤੇ ਅੱਜ ਅਸੀਂ ਹਾਂ, ਕਦੀ ਸਾਡੇ ਤਰਸੇਮ ਰਾਜ ਜੀ ਵੀ ਸਨ ਬਹੁਤ ਸਤਿਕਾਰਯੋਗ। ਲੇਕਿਨ ਜਿਹੜੇ ਰਸਤੇ ਉਹ ਗਏ ਨੇ ਉਹ 3 ਦੂਰ ਨਹੀਂ ਜਦੋਂ ਅਸੀਂ ਵੀ ਜਾਣਿਆ। ਤੁਸੀਂ ਸ਼ਬਦ ਸਰਵਣ ਕੀਤਾ ਹੈ, ਕਿਆ ਜਾਣਾ ਕਿ ਮਰਹਿੰਦੇ ਕੈਸਾ ਮਰਨਾ ਹੋਏ। ਅਸੀਂ ਜਿੰਨੀਆਂ ਵੀ ਰੂਹਾਂ ਬੈਠੀਆਂ ਸਾਨੂੰ ਕਿਸੇ ਨੂੰ ਨਹੀਂ ਪਤਾ ਹੈਗਾ ਅਸੀਂ ਕਿਸ ਤਰ੍ਹਾਂ ਮਰਨਾ। ਇੱਕ ਸੱਚੀ ਗੱਲ ਜਿਹੜੀ ਇਹ ਕੌੜੀ ਲੱਗਦੀ। ਅੱਜ ਅਸੀਂ ਰੂਹਾਂ ਜਿੰਨੀਆਂ ਇਕੱਠੀਆਂ ਹੋਈਆਂ ਵਾ ਸਾਡੇ ਵਿੱਚੋਂ ਪਤਾ ਨਹੀਂ ਕੱਲ੍ਹ ਨਾਂ ਦੇ ਵਿੱਚ ਅਸੀਂ ਵੀ ਸਦੀ ਵੀ ਨਿਵਾਸ ਬਖਸ਼ਿਓ, ਕੱਲ੍ਹ ਬਖਸ਼ਿਓ, ਉਹਨਾਂ ਦੀਆਂ ਵੇਲਾਂ ਗੁੱਲਾਂ ਪਾਈ ਪਿੱਛੇ ਹਰੀਆਂ ਰਹਿਣ। ਆਓ ਸ਼ਬਦ ਦੇ ਨਾਲ ਜੁੜੀਏ, ਹੱਥ ਜੋੜ ਕੇ ਬੇਨਤੀ ਹੈ, ਰੌਲਾ ਨਹੀਂ ਪਾਉਣਾ ਭਾਈ, ਕਿਸੇ ਨੇ ਗਲੇ ਨਹੀਂ ਮਿਲਣਾ, ਹੱਥ ਜੋੜ ਕੇ ਬੇਨਤੀ ਹੈ ਮੇਰੀ, ਰਬ ਵਿਚਾਰ ਆਓ ਸ਼ਬਦ ਦੇ ਨਾਲ ਜੁੜੀਏ। ਮੇਰੀ ਮਾਏ, ਮੇਰੀ ਮਾਏ।
Thank you.
Thank you.
ਸਾਰੇ ਸਿਰ ਢੱਕ ਕੇ ਆਓ, ਨੰਗੇ ਸਿਰ ਨਾ ਆਓ। ਮੈਂ ਆਪਣੀਆਂ ਭੈਣਾਂ ਆਪਣੀਆਂ ਮਾਤਾਵਾਂ ਨੂੰ ਵੀ ਦੋਵੇਂ ਹੱਥ ਜੋੜ ਕੇ ਮੈਂ ਬੇਨਤੀ ਕਰਦਾ, ਭਾਈ ਅਸੀਂ ਬੈਠੇ ਹਾਂ, ਸਿਰ ਢੱਕ ਕੇ ਬਹੀਏ, ਸਿਰ ਢੱਕ ਕੇ ਆਈਏ। ਇਹ ਬੇਨਤੀ ਜਿਹੜੀ ਹੈ ਸਾਡੀ ਦੋਵੇਂ ਹੱਥ ਜੋੜ ਕੇ ਭਾਈ ਪਰਿਵਾਰ ਕਰਿਓ, ਰੱਬ ਵਿਚਾਰ ਆਓ ਸ਼ਬਦੇ ਨਾਲ। ਠੀਕ ਹੈ ਜੀ। ਸੰਤ ਸਹਿਣ ਦੀ ਮੇਰਾ, ਸੰਤ ਸਹਿਣ ਦੀ ਮੇਰਾ।
ਖਾਲਸਾ ਪੰਥ ਨੂੰ
ਜਥੇਦਾਰ ਸੇਵਾ ਸੰਭਾਲਦਾ ਤਾਂ ਖਾਲਸਾ ਦੀ ਵਜੋ ਨਿਰਵਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਰ ਨਿਆਪਿਆਂ ਦੀ ਓੜ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਾਵਰ ਛਤਰ ਤਖਤ ਦੇ ਮਾਲਕ ਸੁਖੋ ਦੁੱਖ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਹੈ ਜੀ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਰਾਣਾ ਰਾਮ ਨਾ ਕੋ ਰਾਣਾ ਨਾ ਤੁੰਗ ਫਕੀਰਾ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਦੇ ਮਾਵਾ ਅਨੁਸਾਰ ਆਪੀ ਦੇ ਦਰ ਘਰ ਦੇ ਸਿਰ ਭੇਜੇ ਹੋਏ ਜੀਵਾ ਸਤਿਗੁਰ ਮਹਾਰਾਜ ਆਪ ਜੀ ਦੀ ਬਖਸ਼ੀ ਹੋਈ ਆਰਜਾ ਭੋਗਦੇ ਹੋਏ ਸੰਸਾਰ ਯਾਤਰਾ ਕਰਦੇ ਹੋਏ ਸਤਿਗੁਰ ਮਹਾਰਾਜ ਅਕਾਲ ਚਲਾਣਾ ਕਰ ਰਹੇ ਹਨ ਤਿੰਨਾਂ ਦੇ ਨਿਮਿਤ ਤਿੰਨਾਂ ਦੇ ਸਫਲੇ ਪਰਿਵਾਰ ਵੱਲੋਂ ਰੂਹ ਦੀ ਕਲਿਆਣਤਾ ਆਤਮਕ ਸ਼ਾਂਤੀ ਵਾਸਤੇ ਸਤਿਗੁਰ ਮਹਾਰਾਜ ਆਪਣੇ ਗ੍ਰਹਿ ਵਿਖੇ ਸੁਖਮਈ ਸੁਖਮ ਵਿਚਾਰਨਾ ਭਗਤ ਜਨਾ ਕਰਮ ਵਿਸਰਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਗੁਰਮਾਏ ਸਨ ਉਪਰੰਤ ਆਪ ਜੀ ਦੀ ਪਾਵਨ ਪਵਿੱਤਰ ਅਧੂਰੀ ਅੰਦਰ ਦੀਵਾਨ ਸਜੇ ਅੰਗ ਸਜੇ ਦੀਵਾਨਾਂ ਵਿੱਚ ਕਾਤੁਰਮੈ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਏ ਧਿਆਨਾ ਆਪ ਕਰਿਆ ਸਕੇ ਕੁਲ ਤਾਰੇ ਅੰਦਰ ਗਿਆ ਮਤ ਸਿਉ ਜਾਇੰਦਾ ਭੋਗੀ ਬਾਣੀ ਦੇ ਬਿਲਾਰੀ ਕੀਰਤਨ ਹੋਇਆ ਪਾਵਨ ਪਵਿੱਤਰ ਗੁਰਬਾਣੀ ਪੜ੍ਹਦੇ ਹਨ ਤੇ ਅੰਡਾਟੇ ਸੁਣ ਕਰਦੇ ਹਨ ਸੁੱਚੀ ਸੇਵਾ ਨਿਭਾਉਂਦੇ ਹਨ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਉਂਦੀਆਂ ਜਾਣ ਬੱਚੇ ਸੁਣ ਕੇ ਬਖਸ਼ ਲੈਣਾ ਬਖਸ਼ਣੀ ਰਾਜ ਦੇ ਸਿਰ ਤੇ ਗਿਰ ਪ੍ਰਿਆ ਰੱਖਣਾ ਸੁਖ ਸ਼ਾਂਤੀ ਵਸਾਉਣੀ ਧਰਤੀ ਕਲਾ ਨੂੰ ਸਿੱਖੀ ਦੇਵਣ ਨਾਮ ਦਾ ਖੁਸ਼ੀਆਂ ਕਿਤੇ ਪ੍ਰਦਾਨ ਕਰਨੀ ਕਾਲ ਕਰਨ ਦੂਰ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਦਾਨ ਮਾਨ ਦਾ ਰੱਖੀ ਕਿਸੇ ਪਰਿਵਾਰ ਦੀ ਸੰਗਤਾਂ ਦੀ ਹਾਜ਼ਰੀ ਚ ਕੋ ਸਵਾਵਾ ਭਟਾਵਾਂ ਦਾ ਤੇ ਪ੍ਰਵਾਨ ਕਰਨੀਆਂ ਕਦਮ ਕਦਮ ਦੇ ਕੇ ਲਾਉਣੇ ਏਕ ਤੋਂ ਅਨੇਕਾਂ ਦਾ ਭਗਤਾਂ ਪਾਉਣੀਆਂ ਦਾਨੇ ਭੜਾਰੇ ਭਰਪੂਰ ਰੱਖਣੇ ਕਿਰਤ ਕਮਾਈਆਂ ਸਫਲ ਕਰਨੀਆਂ ਸਰਬੱਤ ਸੰਗਤਾਂ ਕੋਲੋਂ ਸਿੱਖੀ ਜੀਵਨ ਨਾਮ ਦਾ ਖੁਸ਼ੀਆਂ ਕਿਹੜੇ ਬਖਸ਼ ਕੇ ਨਿਹਾਲ ਕਰਨਾ ਸਤਿਗੁਰੂ ਮਹਾਰਾਜ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਸਾਹਿਬ ਬਖਸ਼ ਕੇ ਡਰ ਆਈਆਂ ਸੰਗਤਾਂ ਨੂੰ ਕਰਤਾਰਤ ਕਰੋ ਸਿੱਖ ਪੜ੍ਹਦੇ ਸੁਣਦੇ ਸਰਬੱਤ ਦਾ ਇਹ ਬੰਦ ਹਵਣ ਸੁੱਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਟ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ
ਨਾਨਕ ਦੁਰ ਮਤ ਕੋਈ ਜਿਨਕੀ ਧੂਰ ਨਾਨਕ ਦਾਸ ਬਾਚਾ ਜਿਨਾਰ ਨਾਮ ਹਿਰਦੈ ਪ੍ਰੋਈ ਵੱਡ ਭਾਗੀ ਸਾਧ ਸੰਗ ਪ੍ਰਾਪਤ ਜਿਨ ਭੇਟਤ ਦੁਰ ਮਤ ਕੋਈ ਜਿਨਕੀ ਧੂਰ ਨਾਨਕ ਦਾਸ ਬਾਚਾ ਜਿਨਾਰ ਨਾਮ ਹਿਰਦੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਸਾਹ ਸੰਗਤ ਜੀਓ ਸਾਰੇ ਮਿਲ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ। ਅੱਜ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਭਲੀ ਭਾਂਤ ਪਤਾ ਸੋਗ ਸਭਾ ਦੇ ਅੰਦਰ ਆਏ ਹਾਂ ਆਪਣੇ ਹਰਮਨ ਪਿਆਰੇ ਮਿੱਠ ਬੋਲਣੇ ਹਮੇਸ਼ਾ ਚਿਹਰੇ 'ਤੇ ਖੁਸ਼ੀ ਸ਼ਹਿਰ ਦੇ ਚੰਗੇ ਕਾਰੋਬਾਰੀ ਸਮਾਜਿਕ ਧਾਰਮਿਕ ਰਾਜਨੀਤਿਕ ਖੇਤਰ ਵਿੱਚ ਨਾਂ ਰੱਖਣ ਵਾਲਾ ਪਰਿਵਾਰ ਸਾਡੇ ਭਾਜਪਾ ਦੇ ਨੇਤਾ ਅਨਿਲ ਜੀ ਸੰਗਤ ਜੀ ਦੇ ਪਿਤਾ ਜੀ ਸ਼੍ਰੀ ਤਰਸੇਮ ਲਾਲ ਜੀ ਸੰਗਤ 28 ਫਰਵਰੀ ਨੂੰ ਸਾਨੂੰ ਸਾਰਿਆਂ ਨੂੰ ਵਿਛੋੜਾ ਦੇ ਕੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ ਨੇ। ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕੇ ਬੇਨਤੀ ਕਰਨ ਦੇ ਲਈ ਪ੍ਰਭੂ ਦੇ ਚਰਨਾਂ 'ਚ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦਿਓ। ਅੱਜ ਜਿਸ ਪ੍ਰਕਾਰ ਸਮਾਜ ਦੇ ਹਰ ਵਰਗ ਤੋਂ ਆਗੂ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਪਰਿਵਾਰ ਨਾਲ ਹਮਦਰਦੀ ਕਰਨ ਦੇ ਲਈ ਇੱਥੇ ਆਏ ਨੇ, ਉੱਥੋਂ ਸਾਰਿਆਂ ਨੂੰ ਇਹ ਪਤਾ ਲੱਗਦਾ ਕਿ ਕਿਸ ਪਰਿਵਾਰ ਦੇ ਨਾਲ ਸਾਡੇ ਪਿਤਾ ਜੀ ਤਰਸੇਮ ਜੀ ਨੇ ਸਮਾਜ ਦੇ ਅੰਦਰ ਸ਼ਹਿਰ ਦੇ ਅੰਦਰ ਆਪਣੀ ਪਹਿਚਾਣ ਬਣਾਈ ਸੀ। ਉਹਨਾਂ ਦੀ ਖਾਸੀਅਤ ਕਿ ਜਿਸ ਨੂੰ ਵੀ ਇੱਕ ਵਾਰੀ ਮਿਲਦੇ ਸਨ ਉਸ ਨੂੰ ਆਪਣਾ ਬਣਾ ਲੈਂਦੇ ਸਨ। ਇਹਨਾਂ ਦੇ ਜਿਹੜੇ ਪੁੱਤਰ ਨੇ 5 ਪੁੱਤਰ ਉਹਨਾਂ ਦੇ ਵਿੱਚ ਵੀ ਬਿਲਕੁਲ ਪਿਤਾ ਵਾਲੇ ਗੁਣ ਨੇ, ਬਿਲਕੁਲ ਪਿਤਾ ਦੇ ਵਾਂਗੂ ਜਿਹੜਾ ਇਹਨਾਂ ਦੇ ਸੰਪਰਕ ਵਿੱਚ ਆਉਂਦਾ ਉਹ ਇਹਦਾ ਜਾਪਦਾ ਕਿ ਸਾਡਾ ਪਰਿਵਾਰ ਹੀ ਹੈ। ਮੌਤ ਨਿਸ਼ਚਿਤ ਹੈ, ਜਨਮ ਤੋਂ ਪਹਿਲਾਂ ਮੌਤ ਨਿਸ਼ਚਿਤ ਹੁੰਦੀ ਹੈ। ਜਿਸ ਪ੍ਰਕਾਰ ਅਸੀਂ ਕਿਸੇ ਸਰਕਾਰੀ ਨੌਕਰੀ ਨੂੰ ਜੁਆਇਨ ਕਰਦੇ ਹਾਂ ਅਤੇ ਸਾਡੀ ਸਰਵਿਸ ਬੁੱਕ ਪਹਿਲੇ ਦਿਨ ਹੀ ਲਿਖੀ ਜਾਂਦੀ ਹੈ, ਸਭ ਤੋਂ ਪਹਿਲਾਂ ਕਾਲਮ ਹੁੰਦਾ ਡੇਟ ਆਫ ਰਿਟਾਇਰਮੈਂਟ, ਰਿਟਾਇਰਮੈਂਟ ਦੀ ਤਿਥੀ ਜਿਹੜੀ ਉਹ ਨਿਸ਼ਚਿਤ ਕਰ ਦਿੱਤੀ ਜਾਂਦੀ ਹੈ। ਇਸੇ ਪ੍ਰਕਾਰ ਪਰਮਾਤਮਾ ਜਦੋਂ ਕਿਸੇ ਵੀ ਇਨਸਾਨ ਨੂੰ ਇਸ ਸੰਸਾਰ ਦੇ ਅੰਦਰ ਭੇਜਦਾ ਅਤੇ ਉਹਦਾ ਮੌਤ ਦਾ ਦਿਨ ਨਿਸ਼ਚਿਤ ਕਰਕੇ ਭੇਜਦਾ। ਸਾਡੀ ਸਾਹਿਬ ਸ਼੍ਰੀ ਗੁਰੰਥ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਦਰਜੇ ਮਰਨ ਲਿਖਿਆ ਮੰਡਲ ਮੈਂ ਆਏ, ਮਰਨਾ ਪਹਿਲਾਂ ਹੀ ਨਿਸ਼ਚਿਤ ਕਰ ਦਿੱਤਾ ਜਾਂਦਾ ਹੈ ਪਰਮਾਤਮਾ ਵੱਲੋਂ, ਫਿਰ ਹੀ ਉਸ ਨੂੰ ਇਸ ਸੰਸਾਰ ਦੇ ਅੰਦਰ ਭੇਜਿਆ ਜਾਂਦਾ ਹੈ। ਇਸ ਸੰਸਾਰ ਦੇ ਰੰਗ ਮੰਚ ਦੇ ਉੱਤੇ ਹਰ ਵਿਅਕਤੀ ਆਪਣੇ ਆਪਣੇ ਹਿੱਸੇ ਦਾ ਅਭਿਆਨ ਕਰਦਾ, ਅਦਾਕਾਰੀ ਕਰਦਾ ਅਤੇ ਜਦੋਂ ਉਹਦੀ ਅਦਾਕਾਰੀ ਖਤਮ ਹੋ ਜਾਂਦੀ ਹੈ ਉਹਦਾ ਸਮਾਂ ਖਤਮ ਹੋ ਜਾਂਦਾ ਅਤੇ ਪਰਮਾਤਮਾ ਉਸ ਨੂੰ ਆਪਣੇ ਮੂਲ ਦੇ ਅੰਦਰ ਫਿਰ ਵਾਪਸ ਬੁਲਾ ਲੈਂਦਾ। ਕੋਈ ਵੀ ਅਜਿਹਾ ਵਿਅਕਤੀ ਨਹੀਂ ਜਿਹੜਾ ਸ਼੍ਰੀ ਤਰਸੇਮ ਲਾਲ ਜੀ ਔਰ ਉਹਨਾਂ ਦੇ ਪਰਿਵਾਰ ਨੂੰ ਜਾਣਦਾ ਹੋਵੇ ਅਤੇ ਉਹਦਾ ਮੋਹ ਪ੍ਰੇਮ ਨਾਲ ਬਣਿਆ ਹੋਵੇ। ਇਹ ਸਾਰੇ ਅਸੀਂ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ ਜਿੱਥੇ ਇਹਨਾਂ ਨੇ ਸਮਾਜ ਦੇ ਕੰਮਾਂ ਦੇ ਅੰਦਰ ਭੱਜਿਆ ਭੱਜ ਬਰਾਦਰੀ ਦੇ ਅੰਦਰ ਆਪਣਾ ਨਾਂ ਕਮਾਇਆ, ਉੱਥੇ ਰਾਜਨੀਤਿਕ ਖੇਤਰ ਦੇ ਅੰਦਰ ਔਰ ਜਿਹੜੇ ਕਾਰੋਬਾਰ ਹੈ ਇਹਨਾਂ ਦਾ ਉਹਦੇ ਕਰਕੇ ਵੀ ਇਲਾਕੇ ਪੂਰੇ ਦੇ ਬਟਾਲਾ ਨਹੀਂ ਬਲਕਿ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਇਸ ਪਰਿਵਾਰ ਨੂੰ ਸਾਬਣ ਵਾਲੇ ਕਹਿ ਕੇ ਭਲੀ ਭਾਂਤ ਜਾਣਦੇ ਨੇ। ਵੱਡੇ ਭਾਈ ਸਾਹਿਬ ਇਹਨਾਂ ਦੇ ਮੁੰਨੀ ਲਾਲ ਜੀ ਉਹਨਾਂ ਨੇ ਨਵੀਂ ਇੱਕ ਜਿਹੜੀ ਸੋਚ ਵੱਲ ਤੁਰੇ, ਐਜੂਕੇਸ਼ਨ ਦੇ ਵੱਲ ਵੀ ਉਹਨਾਂ ਨੇ ਇੱਕ ਕਦਮ ਪੁੱਟਿਆ। ਔਰ ਸਾਨੂੰ ਪਤਾ ਹੈ ਕਿ ਬਟਾਲੇ ਦੇ ਅੰਦਰ MP ਪਬਲਿਕ ਸਕੂਲ ਵੀ ਇਸ ਪਰਿਵਾਰ ਦੀ ਇੱਕ ਦੇਣ ਹੈ ਇਲਾਕੇ ਨੂੰ। ਮੈਂ ਸਭ ਤੋਂ ਪਹਿਲਾਂ ਗੁਜ਼ਾਰਿਸ਼ ਕਰਾਂਗਾ ਸਾਡੇ ਪੰਜਾਬਾ ਸਭਾ ਦੇ ਪ੍ਰਧਾਨ ਪ੍ਰੋਫੈਸਰ ਓਮ ਪ੍ਰਕਾਸ਼ ਜੀ ਨੂੰ ਕਿ ਉਹ ਆ ਕੇ ਸ਼ਰਧਾਂਜਲੀ ਅਰਪਿਤ ਕਰਨ। ਵਿਛੜੀ ਹੋਈ ਰੂਹ ਸਾਡੇ ਪਿਤਾ ਸ਼੍ਰੀ
ਤਰਸੇਮ ਦੀ ਸੰਗਤ ਜੀ ਨੂੰ ਪ੍ਰੋਫੈਸਰ ਅੰਬਦਾਸ ਜਿਸ ਤਰ੍ਹਾਂ ਸੰਦੀਪ ਜੀ ਨੇ ਦੱਸਿਆ ਅੱਜ ਅਸੀਂ ਸਾਰੇ ਤਰਸੇਮ ਰਾਜ ਦੀ ਸੰਗਤ ਦੇ ਅੰਤਮ ਅਰਦਾਸ ਵਿੱਚ ਇਕੱਠੇ ਹੋਏ ਹਾਂ। ਮੌਤ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਇੱਕ ਅਟਲ ਸਚਾਈ ਹੈ, ਇਟ ਇਜ਼ ਇਨਐਵੀਟੇਬਲ, ਇਹ ਤੋਂ ਕੋਈ ਬਚ ਨਹੀਂ ਸਕਦਾ। ਪਰ ਕਿਉਂਕਿ ਇਹਦੇ ਬਾਵਜੂਦ ਵੀ ਅਸੀਂ ਕਿੱਥੋਂ ਜਨਮ ਲੈਂਦੇ ਹਾਂ, ਕਿਹੜੀ ਕਿੰਨੀ ਜਰਨੀ ਜਿਹੜੀ ਪੂਰੀ ਕਰਦੇ ਹਾਂ, ਇਹ ਜਾਣਦੇ ਹਾਂ ਵੀ ਕਿ ਅੰਤ ਨੂੰ ਸਾਡੀ ਡੈਥ ਹੋਣੀ ਹੈ। ਔਰ ਇੱਥੋਂ ਇੱਕ ਸਭ ਜਿਹੜਾ ਸਿੱਖਣਾ ਬਹੁਤ ਜ਼ਰੂਰੀ ਹੈ ਕਿ ਰਾਈਟ ਫਰਮ ਦਾ ਬਿਗਨਿੰਗ ਟਿਲ ਐਂਡ ਜ਼ਿੰਦਗੀ ਨੂੰ ਇੱਕ ਅੱਛੇ ਤਰੀਕੇ ਨਾਲ ਜੀਣਾ ਚਾਹੀਦਾ ਹੈ। ਜੋ ਸਾਡੀਆਂ ਡਿਊਟੀਆਂ ਹਨ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਔਰ ਤਰਸੇਮ ਜੀ ਕਿਉਂਕਿ ਇਹਨਾਂ ਨੂੰ ਰਾਜ ਦੇ ਪ੍ਰਧਾਨ ਹੋਣ ਦੇ ਨਾਤੇ ਵੀ ਬਟਾਲੇ ਵਿੱਚ ਹੋਣ ਦੇ ਨਾਤੇ ਕਾਫੀ ਵਾਰ ਮਿਲਣ ਦਾ ਮੌਕਾ ਮਿਲਿਆ ਔਰ ਸਾਡੇ ਸਮਾਜ ਨੂੰ ਜਦੋਂ ਵੀ ਕਿਸੇ ਤਰ੍ਹਾਂ ਦਾ ਕੋਈ ਅਸੀਂ ਪ੍ਰੋਜੈਕਟ ਸ਼ੁਰੂ ਕੀਤਾ ਹੈ, ਚਾਹੇ ਉਹ ਸੋਸ਼ਲ ਸੀ ਜਾਂ ਕਿਸੇ ਹੋਰ ਟਾਈਪ ਦਾ ਸੀ, ਉਹਨਾਂ ਨੇ ਆਪਣਾ ਜੋ ਫਾਈਨੈਂਸ਼ੀਅਲ ਆ ਪੈਸੇ ਵੱਲੋਂ ਕਦੇ ਨਾ ਨਹੀਂ ਸੀ ਕੀਤੀ। ਔਰ ਉਹਦਾ ਕਾਰਨ ਹੈ ਕਿ ਇਹਨਾਂ ਦੇ ਪਰਿਵਾਰ ਜੋ ਹੈ ਪਰਮਾਤਮਾ ਦੀ ਕਿਰਪਾ ਨਾਲ ਬੜਾ ਵੱਡਾ ਪਰਿਵਾਰ ਹੈ। 5 ਲੜਕੇ ਹਨ, ਵੱਡੇ ਲੜਕੇ ਜੋ ਹਨ ਸਤੀਸ਼ ਕੁਮਾਰ ਜੀ ਹਨ, ਉਸ ਤੋਂ ਜੋ ਛੋਟੇ ਹਨ ਅਨੰਦ ਜੀ ਹਨ, ਉਹਦੇ ਬਾਅਦ ਪਵਨ ਜੀ ਹਨ ਔਰ ਅਸ਼ੋਕ ਜੀ ਔਰ ਰਜੇਸ਼ ਜੀ, ਇਹ 5 ਲੜਕੇ ਹਨ। ਔਰ 5 ਵੀ 2-3 ਮੇਰੇ ਸਟੂਡੈਂਟ ਵੀ ਰਹੇ ਹਨ, ਮਿਲਣ ਦਾ ਮੌਕਾ ਮਿਲਿਆ ਹੈ। ਔਰ ਜਿਸ ਤਰੀਕੇ ਨਾਲ ਸਮਾਜ ਦੇ ਵਿੱਚ ਵਿਚਰਦੇ ਹਨ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਔਰ ਇਹ ਇਕੱਠ ਵੀ ਜਿਹੜਾ ਹੈ ਇਹ ਦੱਸਦਾ ਹੈ। ਔਰ ਅਨਿਲ ਜੀ ਦੇ ਮਿਸਿਸ ਪੰਦਰਾਲਾ ਜੀ ਸਾਡੇ ਬਟਾਲੇ ਦੇ ਕਮਿਸ਼ਨਰ ਹਨ, BJP ਦੇ ਨਾਲ ਇਹ ਪਰਿਵਾਰ ਦਾ ਸ਼ੁਰੂ ਤੋਂ ਬਹੁਤ ਜ਼ਿਆਦਾ ਸੰਬੰਧ ਹੈ। ਔਰ ਮੈਂ ਸਮਝਣਾ ਜਿਹੜੇ ਲੋਕ ਨਰਾਦਾ ਜੀ ਨੂੰ ਅਨਿਲ ਜੀ ਨੂੰ ਮਿਲੇ ਹਨ ਜਿਸ ਤਰੀਕੇ ਨਾਲ ਸਿਨੇਮਾ ਰੋਡ 'ਚੋਂ ਇਹ ਜਿੱਤੇ ਹਨ, ਇਹ ਪਰਿਵਾਰ ਦਾ ਪ੍ਰਭਾਵ ਦੱਸਦਾ ਹੈ, ਇਹਨਾਂ ਦਾ ਪਿਆਰ ਲੋਕਾਂ ਵਿੱਚ ਦੱਸਦਾ ਹੈ। ਸੋ ਇਸ ਕਰਕੇ 2 ਬੱਚਿਆਂ ਮੰਜੂ ਜੋ ਹਨ ਉਹ ਵੀ ਆਪਣੇ ਪਰਿਵਾਰ ਦੇ ਵਿੱਚ, ਮਦਨ ਮੋਹਨ ਜੀ ਵੱਡੇ ਇਹਨਾਂ ਦੇ ਸੰਨ ਹਨ, ਛੋਟੇ ਸ਼ੰਕਰ ਜੀ ਹਨ, ਦੇਰ ਆਲ ਸੈਟ ਐਜੂਕੇਸ਼ਨਲ ਕੰਸਰਨ ਹੈ, ਸੋਸ਼ਲ ਲਾਈਫ ਨਾਲ ਕੰਸਰਨ ਹੈ, ਪੋਲੀਟੀਕਲ ਲਾਈਫ ਨਾਲ ਕੰਸਰਨ ਹੈ। ਸੋ ਮੈਂ ਸਮਝਦਾ ਕਿ ਜਿੱਥੇ ਸਮਾਜ ਨੂੰ ਔਰ ਪਰਿਵਾਰ ਨੂੰ ਇਹਨਾਂ ਦੇ ਜਾਣ ਨਾਲ ਘਾਟਾ ਪਿਆ ਹੈ, ਖਾਸ ਕਰਕੇ ਜੋ ਪ੍ਰਜਾਪਤ ਸਮਾਜ ਹੈ, ਕਿਉਂਕਿ ਵੈਸੇ ਤਾਂ ਸਮਾਜ ਵੀ ਆਰ ਆਲ ਵਨ, ਇਹ ਇੱਕ ਪ੍ਰੋਫੈਸ਼ਨ ਹੈ, ਜਿਸ ਪ੍ਰੋਫੈਸ਼ਨ 'ਚ ਅਸੀਂ ਚਲੇ ਜਾਂਦੇ ਹਾਂ ਉਹ ਜਾਤ ਸਾਡੇ ਨਾਲ ਜੁੜ ਜਾਂਦੀ ਹੈ, ਅਦਰਵਾਈਜ਼ ਅਸੀਂ ਵੀ ਆਰ ਆਲ ਇਕੁਅਲ। ਔਰ ਉਹਦੇ ਨਾਲ ਮੈਂ ਸਮਝਣਾ ਸਮਾਜ ਨੂੰ ਇੱਕ ਸਟਰੈਂਥ ਵੀ ਮਿਲਦੀ ਹੈ। ਸੋ ਲਾਸਟ ਵਿੱਚ ਮੈਂ, ਕਿਉਂਕਿ ਜਦੋਂ ਇਹਨਾਂ ਦੇ ਬਿਮਾਰ ਸਨ ਬਹੁਤ ਜ਼ਿਆਦਾ ਬੱਚਿਆਂ ਨੇ ਸੇਵਾ ਕੀਤੀ ਹੈ ਔਰ ਮੈਨੂੰ ਮਿਲਣ ਦਾ ਮੌਕਾ ਮਿਲਿਆ, ਲੰਬੇ ਪਏ ਹੋਏ ਸੀ ਔਰ ਉੱਠੇ ਔਰ ਮੁਸਕਰਾਏ, ਉਸਨੇ ਜੋ ਅੱਜ ਤੋਂ 20 ਸਾਲ ਪਹਿਲਾਂ ਮੁਸਕਰਾਹਟ ਸੀ, ਪਰ ਇਹ ਪਤਾ ਸੀ ਕਿ ਦਿਨ ਜਿਹੜੇ ਡੇਜ਼ ਦਾ ਨੰਬਰ। ਸੋ ਇਸ ਤਰ੍ਹਾਂ ਪਰਮਾਤਮਾ ਦਾ ਇੱਕ ਦੇਣ ਹੈ, ਸਮਾਜ ਹੈ, ਇਹ ਚੱਲਦਾ ਹੈ, ਅਸੀਂ ਆਉਂਦੇ ਹਾਂ ਆਪਣਾ ਰੋਲ ਪਲੇ ਕਰਦੇ ਹਾਂ। ਸੋ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਜੋ ਵੀ ਸਾਨੂੰ ਰੋਲ ਮਿਲਿਆ ਹੈ ਉਹ ਪੂਰਾ ਕਰੀਏ। ਇਹਨਾਂ ਸ਼ਬਦਾਂ ਦੇ ਨਾਲ ਮੈਂ ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਇਹ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਇਹਨਾਂ ਦੀ ਜੋ ਰੂਹ ਹੈ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਔਰ ਪਿੱਛੇ ਜੋ ਪਰਿਵਾਰ ਹੈ ਜੋ ਪਾਣਾ ਵਰਤਿਆ ਹੈ ਉਹਨੂੰ ਟਾਰਗੇਟ ਕਰਨ ਦਾ ਜੋ ਹੈ ਬਲ ਬਖਸ਼ੇ। ਔਰ ਇੱਕ ਪ੍ਰਜਾਪਤ ਬਰਾਦਰੀ ਵੱਲੋਂ ਜੋ ਕੰਡੋਲੈਂਸ ਮੈਸੇਜ ਹੈ ਉਹ ਮੈਂ ਸੈਕਟਰੀ ਸਾਹਿਬ ਨੂੰ ਦੇਣਾ, ਉਹ ਪਰਿਵਾਰ ਨੂੰ ਦੇ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਅਨਿਲ ਜੀ ਨਾਲ ਬੈਠੇ ਸੀ ਥੋੜ੍ਹਾ ਚਿਰ, ਪਿਤਾ ਜੀ ਬਾਰੇ ਗੱਲ ਕਰ ਰਹੇ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਹੁਣ ਮੌਤ ਬਿਲਕੁਲ ਲਾਗੇ ਹੈ, ਇਸ ਚੀਜ਼ ਦਾ ਇਲਮ ਹੁੰਦਿਆਂ ਹੋਇਆ ਵੀ ਕੁਝ ਦਿਨ ਪਹਿਲਾਂ ਪਰਿਵਾਰ 'ਚ ਬੈਠੇ ਬੱਚਿਆਂ ਦੇ ਨਾਲ ਅਤੇ ਕਹਿੰਦੇ ਗੀਤ ਸੁਣਾਉਣ ਲੱਗ ਪਏ ਉਹਨਾਂ ਸਾਰਿਆਂ ਨੂੰ,
शिव कुमार बटालवी का भट्टी वाली पीड़ा का परागा भुन दे तो एक लाइन आती है उस ईद के अंदर बड़ी उच्ची हेक ला के उन्होंने बोली मैं वेखी कल वीडियो मोबाइल के उ दिखा रहे थे छेती छेती करी नहीं मैं जाना बड़ी दूर ही जिते मेरे हानिया का तो टुर गया सो कुछ यह रूह होंदिया ने संसार चाहिए ने साफ दिल वाली जिन्हों अपनी मौत का भी पहला पता लग जाता है इलम हो जाता है कि मैं हूँ इस संसार को जान वाला योजे सन साडे तरसेम लाल जी हूँ मैं बेनती कर जा रहा साडे एस जी पी सी के मैंबर श्री सरदार गुरिंदरपाल सिंह जी गोरा कि वो सिर्फ दो मिनट के लिए सारे बेनती है दो दो मिनट समा काफ़ी ज़्यादा हो चुके हैं दो गद्दी का विराजमान शब्द गुरु धन साहब श्री ग्रंथ साहब जी की पावन पवित्र मिठी गोद जुट बैठी गुरु रूप साध संगत जी और रसना पवित्र करिए फतेह की सांझ पाइए पर रसना वांझी न रहे गज के आखो वाहेगुरू जी का खालसा वाहेगुरू जी की फतेह। बहुत सत्कारयोग श्री तरसेम लाल जी संगत साहब जिन्हों की अंतम अरदास आप शामिल होए हैं। मौत अटल सच्चाई है, मौत कदों आनी है, किवें आनी है, कितने आनी है, इस गल का किसी को बयान नहीं। मालक ने जीव में भेजा ही है, इस धरती पर आया, मौत का दिन निश्चित करवा के आया, मरण लिखाए मंडल में आए। एक वस्तु मालक ने शरीर में रखी, वो मालक की जोत है। ये शरीर मेरे हर तुम मैं जोत रखी तो तू जग में आया। तो फिर एक दिन ऐसा आ गया जब मालक ने जोत को स्नेहा भेज दिता, वो हुक्म की सी आई आ गया पिछों बुलाया ना तन पुछी ना मता बताया किड्डा वड्डा परिवार है। मैं समझना वो मालक नाल भिजी हुई रूह सन, उन्होंने ज्ञान होएगा कि मैं चले जाना, पर यह नहीं पता कदों जाना। जिहो जे वो गीत गा रहे सन जिवें हुण श्री सिंह साहब ने दस्या, पर एडा वड्डा परिवार पांच पुत्र होण किसी का वो जोत ने जान के सलाह की मैं शरीर में छड़ के जा रही हूँ नहीं। असी कारोबार धंधे कर लगे सलाह कर सकते हैं, ब्याह शादियां रखन लगे सलाह कर सकते, मालक के हुक्म साडा कोई जोर जमाई या चारा नहीं। जो उपजे सो बिन सहा पर वो आज के का, तो फिर करना की चाहिए नेकी के काम। नानक हरगुण गाय दे छाड सगल जंजाल, ये नहीं कारोबार छड़ के पै जाइए तो रब का सिमरना करना शुरू कर दीए, भले के काम करिए। जी सिफत सलाह संगत साहब भी हो रही है बिच दुनिया सेव कमाई है तो अंदर के बैसन पाइए। मैं ज़्यादा लंबिया चौड़िया विचारों में नहीं पैना, घंटिया तक बोलिया जा सकता मौत पर। स्टेज सैकड़ साहब का हुक्म है दो मिनट फतेह साझी हो सकती है, विचार नहीं रखे जा सकते। पर मैं अन्ना जी बैठे ने मेरे भरा ने इस परिवार का सारा रिश्ता है, जेडे सरकार जो श्री तरसेम लाल संगर जी ने इन्हें बरातियों के रह के रिश्तेदारी बनती है, रिश्तेदारी समाज में रह के होंगी है। तो सरकार जो साढ़े फुफड़ जी सन, क्योंकि मेरे गुआढ़ मेरा परिवार लड्डा साहब का श्री प्यारा लाल जी लड्डा आदमी जिन्हों का कारोबार साढ़े बुजुर्गों का साझा रहा, अज उन्होंने पुत्र श्री जगदीश राज जी, ओम प्रकाश जी, विजय कुमार जी, बाकी दोवें भरा पंजे भाई कादियों में समाज में नामना खड़ के बैठे ने। उस परिवार की सरकार जो है श्री प्यारा लाल लड्डा जी की भैन साड़ी भूआ जी, वो अन्ना जी के माता जी ने, असी माण कर सकते हैं एक महान शख्सियत श्री तरसेम लाल संगर जी ने नेक औलाद नूं सरकार जो साड़ी भूआई ने नेक औलाद नूं समाज में जन्म दे के समाज में लोगों की सेवा करन दा सुभाग दिता है। मैं लंबिया चौड़िया विचारा ना करता होया गुरु के चरणा अरदास करना, क्योंकि बहुत सरकार दस्तियां मेरे सरकार जो लीडर सरदार रघबीर सिंह लोधी नंगल MLA साहब जो बटाले तो ने, सानी साहब जी ने, सारे बैठे ने, उन्होंने बोलना है। मेरी भी कोई मजबूरी है, मेरे गुआंढ है सवेरे ही साढ़े बहुत नज़दीकी परिवार लड्डा साहब नूं पता है, परिवार की नूह उठी 5 बजे उठ के पानी गर्म किया पीता तो घर वालों कह लगी मैं घबराहट हुई, तकरीबन 50 साल की उम्र है। तो डॉक्टर बुलाओ, डॉक्टर को खड़न तक वो मौत हो गई, वह संस्कार है। इस करके मौत नहीं साड़ी दफनदारी नहीं, साडा कोई चारा नहीं, कोई कर नहीं सकते। गुरबाणी का पवित्र फरमान है नागे आवना
नागे जाना हर कम पाया क्या कीजा, जिसकी बस सोई ला जाएगा रोस किसे सो कीजे। मालक ने जोत रखी, जोत खड़ी है, शरीर नहीं खड़िया, शरीर साढ़े कोल है, तो जो जोत निकल जाती है फिर शरीर में ही घड़ी घर रखन तैयार नहीं। वो विद्वान हो, धनवान हो, दौलत वाला हो, फिर आने लै चलो हम संस्कार कर दीए। सो एक नेक नू परिवार में चंकी फुलवारी छड़ के गई है। मैं समझना इस परिवार लोग श्री तरसेम लाल संधर जी वेखते रहेंगे। ये मैं गुरु के चरणों से अरदास करना परिवार दिन दुगनी राह चौकनी तरक्की करे, जिते मैं अपने वालों विछड़ी रूप रखा है गुरु के चरणों से अरदास की है। और सारे संगत रूप होकर अरदास करिए, गुरबाणी का पवित्र फरमान है, संगत साहब लिखा मिलकर पावो तेल, देहो सजने आशीषणियां जो होवे साहब सो मेल, कह कबीर सुनो रे संतो खेत ही करो नबेड़ा, अब की बार पक्ष बंदे को बहुत मैं भर जल फेरा। मैं सारिया सत्कार धरतियां परिवार को गुरु की हजूरी की माफी मांग के तुहाडे कोल आग्या मंगदा। वाहिगुरु जी का खालसा, वाहिगुरु जी की फतेह। साढ़े नाल साढ़े वड्डे भरा अनल जी नलका गल हुई तो दसन लगे कि किसी को काफ़ी पैसे लेने ही, पिता जी ने सू दसा ही नहीं कि इस बंदे को कुछ पैसे लैन वाले, तो गए पैसे मंगन, थोड़ा वो थोड़ा पहला गलत बोलिया, थोड़े पैसे मोड़ दते, तो रकम काफ़ी वही लैन वाली है। घर आके गल की इन्होंने यार वो को पैसे लेने तू दसा नहीं, मेरे को लै गया ही वो, तो फिर थोड़ी देर बाद आवाज मार के कहते यार चाहे ना वो बाद ना, मैं जो तो पैसे लैन गया हाँ मेरे अगे रू पिया, मैं दे नहीं सकता तो पैसे तुम मंगे ही ना, मेरे पिछों भी नहीं मंगे किसी ने, वो पैसे नहीं लेने। यहोजा सुभा इस परिवार की खासियत है, साढ़े बच्चों अं समाजिक संगठन जुड़े हुए लोग अं तो मंगते होंगे, जाना ही सारे को प्रोग्राम लिए कुछ आ गया, साड़ी मदद करो सू दौ, तो खासियत इस परिवार की है। जिनी बारी अं गए हैं तो सिर्फ एक ही आवाज़ आती है इन्होंने को दसो की चाहिए, हमेशा देने की आदत इस परिवार को, यह परिवार परिवार की विशेषता है। हुण मैं बेनती करूँगा एक्स चेयरमैन इंप्रूवमेंट ट्रस्ट सुरेश जी भाटिया कि वह दो मिनट वास्ते श्रद्धांजलि जी अर्पित करेंगे सुरेश जी भाटिया साहब जी की हाजिरी बैठी प्यारे साहब संगत जी गल को फतेह बुलाइए। वाहेगुरु जी का खालसा, वाहेगुरू जी की फतेह, जय श्री राम। मेरे तो पहला श्रद्धांजलि देने तरसेम लाल जी, जिन्हों असी सारी जिंदगी पापा जी कहते रहे हैं, मेरे बाप समान से। इस परिवार बारे पापा जी के सुभाव बारे सारी जानकारी दी, यह सच्चाई है। अज एक तो दो भोग का समा सी, लेकिन लगभग ढाई बज गए ने, और इन्नी वड्डी तादाद सारे राजनीतिक पार्टियां दी शख्सियतां, सारे समाजिक पार्टियां दे उके समाज सेवक, सारे धार्मिक जथेबंदियां दे लोग, सारिया माता भैणां पापा जी नूं श्रद्धांजलि देण आए थे। और मैं समझना वा पंजा भरावां दी गल भी हुई है, परिवार की गल भी हुई है, उन्होंने अगों चाचे ताए के बच्चों की गल भी हुई है, जिन्होंने स्कूल खोलिया है, आप अपनी पूरिया मल्ला मारियां इस बटाले दे विच। मैं कह सकना वा क्योंकि पापा जी नूं मिलन का बड़ी बारी समा मिलिया वा, बड़ी बारी उन्होंने बैठ के गलबात हुई है, इस परिवार को इकट्ठा रखन दे विच, इस परिवार के पंजे भरावां नूं समाज सेवा के कामां च अगे होण का, अगे होण धार्मिक कामां च अगे होण, हर काम जिन्हां दा योगदान होए, जे उस तरह का सुभाव बनिया तो मैं समझना वा पापा जी श्री तरसेम लाल जी का बड़ा वड्डा योगदान है। समाज के औखा समा भी आता वै, चंगा समा भी आता वै, मैं बड़े माण नाल कह सकना इस परिवार के जो तो भी कोई समा आया वै, मेरा अपना वीर अली संगर भावें थोड़ा कमजोर हो जाए, जो तो पापा जी को सामने जाते थे तो ऐसे इतना दिलासा देंदे ही, तो छोटा छोटा बंदा भी शेर होकर खड़ा हो जाता, इन्नी दलेरी, इन्ना अच्छा स्वभाव, मैं समझना बहुत घट लोगों को मिलता वै। और अच्छ असी श्रद्धांजलि देने वास्ते पापा जी के अंतिम रसम क्रिया आए थे हैं। मैं समझना वा बाप एक वो चीज़ है जो एक बड़ी वड्डी ताकत होंदी है परिवार वास्ते, बच्चे जिन्ने मर्जी वड्डे हो जाए, जिते मर्जी चले जाए, पता पापा ही घर बैठे ने, ना मैं सवेर का पता, ना शाम का पता, कोई नहीं पापा ही घर है। अज असी पापा जी नूं अपने कोलों खो चुके हैं, इस गल का दुख इस संगत परिवार को जिन्ना का मैं समझना वा,
भारतीय जनता पार्टी भी इसका बड़ा वाला नुकसान होया। इस परिवार के एक मुढ़ साडा अपने पार्टी का मुढ़ इस देश को छड़ के दुनिया में छड़ के साथ विश्वास लै चुका वा। इस दे नाल नाल जिहड़ियां समाजिक और धार्मिक जथेबंदियां वा उन्होंने भी बड़ा वाला घाटा बाबे के जाना होया वा, क्योंकि पिता अपने आप से एक बड़ी वड्डी ताकत हुंदी है। मैं अपने वालों भारतीय जनता पार्टी वालों उन्होंने समूह कार्यकर्ता वालों इस संगत परिवार के नाल हमेशा ही खड़े हाँ, श्रद्धांजलि देने और दबो के अरदास करना वा कि बाबा जी की आत्मा को चरणा च वास दे, इस परिवार को इस भाने सहन की ताकत दे। और आखिर दोबारा मैं गुस्सा बगे करना नमस्ते होते हुए अपनी श्रद्धांजलि देना चाहता। वाहेगुरू जी का खालसा, वाहेगुरू जी की फतह। बेनती करते हैं अकाली आगू इस परिवार के मैंबर सरदार सुच्चा सिंह सचेतगढ़ जी 2 मिनट के लिए आ के श्रद्धांजलि जी देंगे। सुच्चा सिंह साहब, श्री गुरु ग्रंथ साहब जी की पवित्र हजूरी जुड़ बैठे सरबत भाई भाई, बुलाओ फतेह, वाहेगुरू जी का खालसा, वाहेगुरू जी की फतेह। बाबा तरसेम लाल जी जो इस फानी दुनिया को छड़ के चले गए ने, जाना सब ने, जो आया सो चल सी, सब कोई आई वारी है। मरीदा जित दिहाड़े धन भरी सारी लै लिखाए, मलक जो कदी सुनी दा मूँह दिखाने आए, जिंद नमाणी कटिए हड्डा कुकड़काए, साहे लिखे ना चरणी जितू को समझाए, जिंद वोटी मन वाल लै जासी पर लाए, अपन हथी जोल कै कह गल लगे ताए, वालों निकी पुरसलात कन्नी ना सुनियाए, फरीदा कि पी खड़ा ना महाए। इतने मैनू एक साखी चेते आई है, गुरु नानक देव जी चलते चलते पाकिस्तान का शहर फुरबे शहर पहुँचे, मरदाना जी नाल सन। मरदाना जी ने पूछा, मरदाना जी मौत बारे कुछ कहो, मौत नू की समझदे हो? मरदाना जी कहन लगे, पातशाह पता नहीं आ घड़ी वेखी आ, अगली घड़ी वेखनी है कि नहीं। गुरु नानक साहब कहन लगे, मरदाने मौत नू बहुत दूर जाने ही, मौत तो हत्थां पैरां तो भी नेड़े आ। और उत्थे उन्होंने दस्या, मरदाना तेरे 90 श्वास बाकी ने, और जो तू 90 श्वास लेगा उस तो बाद तू छड़ जाना शरीर। इस तो सिद्ध होता कि यह साह की पूंजी है, हर किसी ने साह की पूंजी जिनी परमात्मा ने बख्शिश की है उन्नी बतीत करके इतों चले जाए। लेकिन वेखना यह है कि जोड़ा इंसान पैदा होया जन्म तो लैके मौत तक कि उन्हें सफलता हासिल की है। तरसेम लाल जी के जन्म वाल झाती मारी जाए तो उन्होंने कारगुजारी एड्डी वधिया कि जे वो अपने आप छोए ने तो सफल इंसान होए ने, कारोबार च बहुत वड्डियां प्राप्तियां कीतियां ने। और जे समाज अपने बच्चों की गल करिए ता सारे बच्चों वधिया सैटल करके गए ने और इतने ही बस नहीं। और मैं समझदा कि अपने लिए करके जाना, परिवार लिए करके जाना, ये हर कोई करके जाता। लेकिन मैं समझदा उन्होंने समाज में जो देर दिती है वो एक बहुत वड्डी आ। मेरे तो पहला सारे बुलारिया ने उन्होंने जीवन से चानना पाया, पर मैं एक गल कहांगा कि वो अनल जी उन्हां दी वाइफ जो मेरी बेटी आ, भतीजी आ, सखी लगती, मेरा इस परिवार ने बड़ा निजी रिश्ता, मेरे वड्डे भाई साहब का जवाई आ अनल जी, और बड़ा नेड़े का रिश्ता। और मैं समझदा पार्टी अंदर रह के उन्होंने जो पार्टी की सेवा कर रहे, लोगों की सेवा कर रहे, यह एक बड़ी वड्डी देन है तरसेम लाल जी की आ। जो लोगों काम करके जाते हैं उन्होंने सदा याद किया जाता। मैं ज़्यादा समा ना लेता हो, बाकी बुलारिया नालों एक बार वक्री करांगा कि जिथे सारे ने एक गल कही है कि उन्होंने अपने चरणा च निवास बखी,
मैं एक गल कहूँगा कि इस ऐसे आदमी जिन्हें समाज लई अपने परिवार लई वड्डा काम किया सच्चे पातशाह कृपा करी उस तरसेम लाल जी साडे इस परिवार च मुड़ के जन्म देवी ताकि वह मुड़ के जिहड़ियां रहिंदियां त्रुटियां रह गईयां कुछ वह फिर पूरियां करके जाण और समाज की तगड़े होकर सेवा करना इन्हीं ही बेनती करता हुआ मैं खेमा का जाचका वाहेगुरु जी का खालसा वाहेगुरू जी की फतेह। मैं बेनती करूँगा साडे इस परिवार के शुरू तो सांझ रही जिस परिवार के नाल राकेश जी भाटिया जिला प्रधान भाजपा तो दो मिनट के लिए वो भी हाँ श्रद्धांजलि अर्पित कर राकेश जी भाटिया पावन सोच बैठे शासन जी भैनों भराओ फतेह बधाइए वाहेगुरू जी का खालसा वाहेगुरू जी की फतेह। अज संगत परिवार के अंदरों तरसेम लाल जी जो जनसंघ को लैके अज तक भारतीय जनता पार्टी तक उन्होंने एक सफल परिवार के रहते समाज के रहते जिन्हों कहा जाता मेहनत कश इंसान जिसने अपनी मेहनत के सदका चाहे मेरे तो पहला स्टेट सैकटरी साहब ने कहा साबण का काम करते थे साबण वाले ने ना तो कम इन्हों का मजबूरी थी मैं तो कहना भी उन्होंने मेहनत कर कभी गुरेज नहीं किया चाहे वो छोटा जहा काम उन्होंने बेटे हमने यूनिवर्सिटी जो पहला भी दस रहे थे चाहे सब्जी का भी काम करना पाया उन्होंने वह भी कम कम को गुरेज नहीं किया पर अपने मेहनत के सदका परिवार के अंदर मेहनत तो चल के अच्छे एक मुकाम के उत्ते व्यापार के अंदर अपना ना स्थान संगत परिवार ने खड़ा किया। संगत परिवार के अंदर मैं तरसेम लाल जी के बारे दो लफ्ज ही कह के क्योंकि समय को मुख रखद्या होया उन्होंने कभी भी किसी भी घबराहट को कभी भी महसूस नहीं होता दलेर जाबाज के मूँह से गल कह वाले से सच्चाई कई सच्ची लगती है कई सच्ची नहीं लगती कई बार अलग अलग तरीकों सोच लिया जाता कि परिवार के अंदर कि कमी आई है वो कमी अपने आप को लगती है पर वो एक सच्चे पातशाह महाराज की ओट आसरा लैके चलन वाले इंसान से अज उन्हों की कमी भावें समाज के अंदर पूरी नहीं की जा सकती पर वो जो परिवार छड़ के आए ने छड़ के गए ने वो परिवार वो समाज के अंदर अपनी खुशबू बखेर उन्होंने बच्चों के माता जी और उन्होंने बहुआ एक परिवार जड़ा एक रिश्तिया की सार बना के समाज खड़ा और समाज के अंदर दिन दुगनी और रात चुगनी मेहनत करके अपने उस मुकाम को हासिल कर रहा मैं तो बेनती करा परिवार का कट बनया रहे क्योंकि गुरु ग्रंथ साहब जी की हजूरी बैठे हैं ये परिवार पाकिस्तान तो भी जो चलिया भी बड़ा वड्डा परिवार से नौ भरावां का परिवार से और चार भैनों का परिवार से भावें इतने उस जंग के अंदर उस आजादी की जी गल की जाती सत जाने की कुर्बानी भी हुई और इस परिवार के दो भरा इतने तरसेम लाल जी से उन्होंने भाई पहुंचे ये जड़िया चीज़ा ने समाज के अंदर अज उन्होंने अंतम श्रद्धांजलि यह हुई है कि परिवार के अंदर प्यार बनया रहे महाराज का इन्हों जो आशीर्वाद है वह मिलता रहे भगवान भोलेनाथ की कृपा रहे। मैं इन्ना ही कहता हुआ म्युनिसिपल कमेटी बटाला वालों इस परिवार के नाल दुख साझा करदिया हो और इस परिवार के नाल जिते मैं दुख साझा किया तरसेम लाल जी को परमात्मा के चरणों में बेनती करना उन्होंने अपने चरणों में निवास बख्शे और इन्होंने परिवार को माना मानने का बल बख्शे और भारतीय जनता पार्टी वालों भी मैं श्रद्धा सुमन भेंट करते हुए कि मैं जाचा वाहगुरु जी का खालसा वाहगुरू जी गुरु बैठी प्यारी शासक जी वाहगुरु जी का खालसा वाहगुरू जी प्यारी शासक जी
ਕਿਸੇ ਵੀ ਬੁਲਾਰੇ ਨੇ ਕੋਈ ਚੀਜ਼ ਛੱਡੀ ਨਹੀਂ ਜੋ ਤਸੀਮ ਜੀ ਦੇ ਬਾਰੇ ਨਾ ਦੱਸੀ। ਇਹਦੇ ਵਿੱਚ ਕੋਈ ਦੋ ਰਾਏ ਵੀ ਨਹੀਂ ਹਨ। ਤਸੀਮ ਜੀ 'ਚ ਸਭ ਤੋਂ ਵੱਡਾ ਵਾਅਦਾ ਸੀ ਵੀ ਉਹ ਹਰ ਬੰਦੇ ਦੇ ਨਾਲ ਸਨ, ਹਰ ਬੰਦਾ ਉਹਨਾਂ ਦੇ ਨਾਲ। ਉਹਨਾਂ ਨੇ ਕਦੀ ਧੜਾ ਨਹੀਂ ਬਦਲਿਆ, ਕਦੀ ਰੁੱਖ ਨਹੀਂ ਬਦਲਿਆ। ਮੇਰਾ ਉਹਨਾਂ ਨਾਲ ਤਕਰੀਬਨ 97 ਤੋਂ ਪ੍ਰੇਮ ਪਿਆਰ ਸੀ ਔਰ ਹਰ ਕੰਮ ਵਿੱਚ ਮੈਂ ਉਹਨਾਂ ਨੂੰ ਪਰਫੈਕਟ ਦੇਖਿਆ। ਅੱਗੇ ਬੱਚੇ ਵੀ ਉਹਨਾਂ 'ਤੇ ਥੋੜ੍ਹਾ ਨਹੀਂ ਮਿਹਨਤ ਮੈਂ ਕਹਿ ਸਕਦਾ ਇਹਨਾਂ ਬੱਚਿਆਂ ਦੀ ਨਹੀਂ। ਮੈਨੂੰ ਚੰਗਾ ਭਲਾ ਯਾਦ ਹੈ ਇਹਨਾਂ ਦਾ ਇਲੈਕਸ਼ਨ ਸੀ ਮਿਊਨਸਪਲ ਕਮੇਟੀ ਦਾ ਅਤੇ ਦੱਸਣ ਵਾਲੇ ਦੱਸਦੇ ਨੇ ਬਹੁਤ ਤਸੀਮ ਸਵੇਰੇ ਤੜਕੇ ਹੀ ਚਾਹ ਪੀ ਕੇ ਨਿਕਲ ਜਾਂਦੇ ਸਨ ਘਰ ਘਰ ਜਾਣਾ, ਕਿਉਂਕਿ ਉਹਨਾਂ 'ਤੇ ਅਹਿਸਾਨ ਸਨ ਲੋਕਾਂ 'ਤੇ, ਲੋਕਾਂ ਨਾਲ ਪ੍ਰੇਮ ਸੀ, ਲੋਕਾਂ ਨਾਲ ਗੱਲਬਾਤ। ਉਹਨਾਂ ਦਾ ਸਦਕਾ ਹੋਇਆ ਵੀ ਇਹ ਇਲੈਕਸ਼ਨ ਜਿੱਤੇ। ਤੋ ਮੈਂ ਇਹਨਾਂ ਨੂੰ ਇੱਕ ਗੱਲ ਕਹਿਣੀ ਹੈ, ਜੋ ਤੁਹਾਡੇ ਬਾਪ ਨੇ ਜਿਸ ਤਰ੍ਹਾਂ ਲੋਕਾਂ ਨਾਲ ਪ੍ਰੇਮ ਪਿਆਰ ਬਣਾਇਆ ਸੀ, ਅੱਜ ਦੀ ਇਹ ਜਨਤਾ ਜਿੰਨੀ ਆਈ ਸੀ ਉਹ ਸਭ ਉਹਦਾ ਦੇਣ ਹੈ। ਉਹ ਬਹੁਤ ਸੇਮ ਦੀ ਸਾਰੀ ਦੇਣ ਹੈ। ਤੁਸੀਂ ਆਪਣੀ ਦੇਣ ਬਣਾਓ, ਤੁਸੀਂ ਆਪਣੀ ਹੋਂਦ ਬਣਾਓ, ਜੋ ਤੁਹਾਡੇ ਬਾਪ ਨੇ ਹੋਂਦ ਬਣਾ ਕੇ ਅੱਜ ਸਮਾਜ ਵਿੱਚ ਆਪਣੀ ਜਗ੍ਹਾ ਦੱਸੀ ਹੈ, ਤੁਹਾਡੇ ਲਈ ਇੱਕ ਸੰਕੇਤਿਕ ਅਲਾਰਮ ਹੈ ਵੀ ਤੁਸੀਂ ਬਹੁਤ ਸੇਮ ਦੇ ਪਦ ਚਿੰਨ੍ਹਾਂ 'ਤੇ ਚੱਲ ਕੇ ਉਹਨਾਂ ਨੂੰ ਅੱਗੇ ਵਧਾ ਪਾਓ। ਇਹਨਾਂ ਸ਼ਬਦਾਂ ਨਾਲ ਮੈਂ ਆਪਣੇ ਵੱਲੋਂ ਉਹਨਾਂ ਦੇ ਚਰਨਾਂ ਸ਼ਰਧਾ ਦੇ ਬੁੱਲ ਭੇਟ ਕਰਦਾ, ਪ੍ਰਭੂ ਚਰਨਾਂ 'ਚ ਪ੍ਰਾਰਥਨਾ ਕਰਦਾ ਵੀ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਨਿਵਾਸ 'ਤੇ ਪਿੱਛੇ ਪਰਿਵਾਰ ਨੂੰ ਪਾਉਣਾ। ਗੱਲਬਾਤ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਸ਼ੀਲ ਜੀ ਸਰੋਤਰਾ, ਸੁਭਾਸ਼ ਚੰਬਾ ਜੀ, ਹਰਬੰਸਲਾ ਜੀ, ਪਰਿੰਦਾ ਖਾਦੀਆਂ ਤੋਂ, ਡਾਕਟਰ ਸਵਰਨ ਸਿੰਘ ਜੀ, ਦਿਨੇਸ਼ ਸੱਤੀ ਜੀ, ਵਿਨੋਦ ਸ਼ਰਮਾ ਜੀ ਬੀਜੇਪੀ ਤੋਂ, ਡਾਕਟਰ ਮੁੰਨੀ ਲਾਲ ਜੀ, ਅਜੇ ਰਿਸ਼ੀ ਜੀ, ਮੁਨੀਸ਼ ਮਹਾਜਨ ਜੀ, ਸੁਖਦੇਵ ਜੀ ਸੁੱਖਾ, ਗਿਆਨ ਚੰਦ ਜੀ, ਪ੍ਰਿੰਸੀਪਲ ਮਦਨ ਲਾਲ ਜੀ, ਹਰਵੰਤ ਮਹਾਜਨ ਜੀ, ਵਿਨੇ ਮਹਾਜਨ ਜੀ, ਐਮਸੀ ਵਿਨੋਦ ਸਚਦੇਵਾ ਜੀ, ਔਰ ਇਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ। ਮੈਂ ਸਾਰਿਆਂ ਨੂੰ ਪਰਿਵਾਰ ਦੇ ਵੱਲੋਂ ਇਹ ਗੁਜ਼ਾਰਿਸ਼ ਹੈ, ਬੇਨਤੀ ਹੈ ਕਿ ਪ੍ਰਸ਼ਾਦ ਤਿਆਰ ਹੈ, ਪ੍ਰਸ਼ਾਦ ਤੋਂ ਬਿਨਾਂ ਕਿਸੇ ਨੇ ਨਹੀਂ ਜਾਣਾ, ਸਾਰੇ ਪ੍ਰਸ਼ਾਦ ਗ੍ਰਹਿਣ ਕਰਕੇ ਜਾਣਗੇ। ਅਖੀਰ ਦੇ ਵਿੱਚ ਇਸ ਸ਼ਹਿਰ ਦੇ ਸਾਡੇ MLA ਸਾਹਿਬ ਸਰਦਾਰ ਲਖਬੀਰ ਸਿੰਘ ਜੀ ਲੋਧੀ ਨੰਗਲ, ਉਹਨਾਂ ਨੂੰ ਬੇਨਤੀ ਹੈ ਕਿ 2 ਮਿੰਟ ਵਾਸਤੇ ਇਸ ਪਰਿਵਾਰ ਦੇ ਨਾਲ ਅਖੀਰ 'ਤੇ ਹਮਦਰਦੀ ਪ੍ਰਗਟ ਕਰਨਗੇ, ਸ਼ਰਧਾਂਜਲੀ ਦੇਣਗੇ ਸਰਦਾਰ ਲਖਬੀਰ ਸਿੰਘ ਜੀ ਲੋਧੀ, ਜਿਨ੍ਹਾਂ ਨੂੰ ਸਾਰੇ ਅਸੀਂ ਅੱਜ ਬੜੇ ਸਤਿਕਾਰ ਦੇ ਨਾਲ ਯਾਦ ਕਰ ਰਹੇ ਹਾਂ, ਜਿਨ੍ਹਾਂ ਦਾ ਪਰਉਪਕਾਰ, ਜਿਨ੍ਹਾਂ ਦਾ ਪਿਆਰ, ਜਿਨ੍ਹਾਂ ਦਾ ਇਸ ਸਮਾਜ ਲਈ ਕੀਤੇ ਹੋਏ ਕੰਮ ਕਾਜ ਵਿਹਾਰ, ਜਿਨ੍ਹਾਂ ਬਾਰੇ ਸਾਰੇ ਸਤਿਕਾਰਯੋਗ ਸਾਥੀ ਅੱਜ ਜ਼ਿਕਰ ਕਰਕੇ ਗਏ ਨੇ। ਮਨੁੱਖ ਦਾ ਜੀਣਾ ਐਸਾ ਹੋਣਾ ਚਾਹੀਦਾ ਜੈਸੇ ਸ਼੍ਰੀ ਤਸੀਮ ਰਾਜ ਜੀ ਜੀ ਕੇ ਗਏ ਨੇ। ਬਹੁਤ ਖੂਬਸੂਰਤ ਇੱਕ ਭਰੀ ਗੁਰਬਾਣੀ ਜਿਹੜੀ ਆ ਸਮਾਜ ਦੀ ਸੇਵਾ ਵਾਸਤੇ ਉਹਨਾਂ ਦੇ ਪਿੱਛੇ ਖੜੀ ਆ, ਔਰ ਜਿੰਨੀ ਵੀ ਸਿਫਤ ਕਰਨੀ ਹੈ ਗੁਰੂ ਮਹਾਰਾਜ ਦੀ ਹਾਜ਼ਰੀ 'ਚ ਠੀਕ ਨਹੀਂ ਲੱਗਦਾ, ਉੰਨੀ ਥੋੜ੍ਹੀ ਆ। ਚੰਗੀਆਂ ਸਿੱਖਿਆਵਾਂ, ਚੰਗੀ ਮੱਤ ਉਹਨਾਂ ਨੇ ਆਪਣੇ ਸਾਰੇ ਪਰਿਵਾਰ ਨੂੰ ਦਿੱਤੀ ਆ, ਔਰ ਚੰਗਾ ਵਧੀਆ ਨਾਂ ਕਮਾ ਕੇ ਅੱਜ ਉਸ ਸੰਸਾਰ ਦੇ ਵਿੱਚੋਂ ਰੁਛਤ ਹੋਏ ਆ, ਜਿਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ। ਚਲੇ ਹਰ ਇੱਕ ਨੇ ਜਾਣਾ, ਰਹਿਣਾ ਇੱਥੇ ਕਿਸੇ ਨੇ ਨਹੀਂ, ਪਰ ਜਿਹੜਾ ਜਾਣਾ ਆ, ਜਾਣ ਦੇ ਬਾਅਦ ਇੱਕ ਫਲਾਅ ਪੈਦਾ ਕਰਕੇ ਜਾਣਾ, ਇੱਕ ਲੋਕਾਂ ਦੇ ਵਿੱਚ ਇਹ ਛੱਡ ਕੇ ਜਾਣਾ ਕਿ ਆਦਮੀ ਦੇ ਜਾਣ ਦੇ ਨਾਲ ਸੰਸਾਰ ਦੇ ਵਿੱਚ ਘਾਟਾ ਪਿਆ ਆ, ਇਹ ਗੱਲ ਬੜੀ ਵੱਡੀ ਆ। ਕਿਤੇ ਸਹਿਜ ਸੁਭਾਅ ਬੰਦਾ ਜਿਸ ਨੂੰ ਕੋਈ ਜਾਣੇ ਨਾ ਪੁੱਛੇ ਨਾ, ਮੌਤ ਉਸਦੀ ਵੀ ਹੁੰਦੀ ਆ, ਪਰ ਅੱਜ ਇਹ ਸਾਰਾ ਹੀ ਪਰਿਵਾਰ ਹੈ ਜਿਹਦੇ ਵਿੱਚ ਮੇਰੇ 5 ਵੀਰ ਨੇ, ਜਿਨ੍ਹਾਂ ਦਾ ਆਪੋ ਆਪਣੇ ਥਾਂ ਬਹੁਤ ਮਹੱਤਤਾ ਅਤੇ ਬਹੁਤ ਸਮਾਜ ਵਿੱਚ ਪਿਆਰ ਆ, ਭਾਵੇਂ ਉਹ ਸਤੀਸ਼ ਜੀ ਨੇ, ਪਵਨ ਜੀ ਨੇ, ਨਿਲ ਜੀ ਨੇ, ਸਾਰੇ ਹੀ ਭਰਾ ਆਪੋ ਆਪਣੇ ਥਾਂ ਸਾਰੇ ਬਹੁਤ ਚੰਗਾ ਸਤਿਕਾਰ ਮਾਣ ਰੱਖਦੇ ਨੇ। ਔਰ ਮੈਂ ਸਮਝਦਾ ਕਿ ਕੋਈ ਗਲਤ ਗੱਲ ਕਰਨ ਵਾਲੀ ਬਾਕੀ ਨਹੀਂ ਜਿਹੜੀ ਹੋਰ ਕੀਤੀ ਜਾਵੇ, ਤੁਸੀਂ ਕਾਫੀ ਲੰਬੇ ਸਮੇਂ ਤੋਂ ਬੈਠੇ ਨੇ, ਪਰ ਹੁਣੇ ਜਿਵੇਂ ਮੇਰੇ ਵੀਰ ਨੇ ਦੱਸਿਆ ਸੀ ਰੇਸ਼ਮੇ ਕੇ ਕੰਮ ਕਾਜ
ਜਿਹੜੇ ਨੇ ਉਹ ਛੋਟੇ ਹੋ ਜਾਂਦੇ ਨੇ, ਨਾ ਕੋਈ ਇਨਸਾਨ ਛੋਟਾ ਵੱਡਾ ਆ, ਸਾਰਾ ਸਮਾਜ ਇੱਕ ਆ। ਔਰ ਇਸ ਸਮਾਜ ਦੇ ਵਿੱਚ ਪਿਆਰ ਵਧਾਉਣ ਵਾਲੇ ਲੋਕ ਸ੍ਰੀ ਸ਼ੰਕਰ ਜੀ ਜਿਹੜੇ ਚਲੇ ਗਏ ਨੇ, ਐਸੇ ਲੋਕਾਂ ਦੀ ਬੜੀ ਜ਼ਰੂਰਤ ਆ ਜਿਨ੍ਹਾਂ ਦੇ ਨਾਲ ਸਮਾਜ ਵਿੱਚ ਮਿਠਾਸ ਅਤੇ ਮਿਲਾਪ ਆਪਸ ਵਿੱਚ ਬਣਿਆ ਰਹੇ, ਜਿਨ੍ਹਾਂ ਦੇ ਵਿਚਾਰਾਂ ਵਿੱਚ ਕੋਈ ਪ੍ਰਦੂਸ਼ਣ ਨਾ ਹੋਵੇ। ਅੱਜ ਸਮਾਜ ਵਿੱਚ ਹਰ ਪਾਸੋਂ ਇਨਸਾਨ ਦਾ ਨੁਕਸਾਨ ਹੋ ਰਿਹਾ, ਉਹਨੂੰ ਫੂਟ ਮਾੜਾ ਮਿਲ ਰਿਹਾ, ਉਹਨੂੰ ਇਸ ਵੇਲੇ ਹਵਾ ਪਾਣੀ ਮਿਲ ਰਹੀ ਆ, ਉਹਨੂੰ ਖਾਣਾ ਮਾੜਾ ਮਿਲ ਰਿਹਾ। ਅੱਜ ਹਰ ਚੀਜ਼ ਦੇ ਵਿੱਚ ਬਹੁਤ ਪ੍ਰਦੂਸ਼ਣ ਆ, ਪਰ ਜਿਹੜੇ ਸਾਫ਼ ਸੁਥਰੇ ਵਿਚਾਰਾਂ ਵਾਲੇ ਲੋਕ ਨੇ ਉਹਨਾਂ ਦੇ ਘਟਣ ਦੇ ਨਾਲ ਵਿਚਾਰਾਂ ਦਾ ਪ੍ਰਦੂਸ਼ਣ ਸਮਾਜ ਦੇ ਵਿੱਚ ਇੱਕ ਦੂਸਰੇ ਨੂੰ ਤੇੜਾ ਪੈਦਾ ਕਰਦਾ। ਉਹਨਾਂ ਤੇੜਾ ਨੂੰ ਬਣਾਉਣ ਵਾਸਤੇ ਐਸੇ ਸ਼ੰਕਰ ਸਾਹਿਬ ਦੇ ਵਿਚਾਰਾਂ ਦੀ ਬੜੀ ਜ਼ਰੂਰਤ ਆ, ਜਿਹਨਾਂ ਤੋਂ ਅਸੀਂ ਵਾਂਝੇ ਹੋਏ ਹਾਂ। ਅਕਾਲ ਪੁਰਖ ਲਿਖੇ ਹੀ ਜੋ ਉਹਨਾਂ ਨੇ ਅੱਜ ਸਾਰੇ ਸਮਾਜ ਵਿੱਚ ਸ਼ੋਭਾ ਖੱਟੀ ਆ, ਉਹ ਉਹਦੇ ਚਰਨਾਂ 'ਚ ਜਾਣਗੇ, ਕਿਉਂਕਿ ਫਰੀਦਾ ਅਮਲ ਜੋ ਕੀਤੇ ਦੁਨੀ ਵਿੱਚ ਡਰ ਗਿਆ ਇਹ ਕੰਮ, ਕੋਈ ਕਿਸੇ ਨੇ ਆਖਿਆ ਕਿਸੇ ਦੀ ਕੋਈ ਸਵਰਗਾਂ ਦੇ ਦਰਵਾਜ਼ੇ ਨਹੀਂ ਖੁੱਲਦੇ, ਪਰ ਉਹਦਾ ਹੁਕਮ ਆ ਚੰਗੇ ਕੰਮ ਕਰਕੇ ਨੇਕ ਨਾਮ ਜ਼ਿੰਦਗੀ ਜੀ ਕੇ ਚੰਗਾ ਪਰਿਵਾਰ ਸਮਾਜ ਨੂੰ ਦੇ ਕੇ ਸੰਸਾਰ 'ਚੋਂ ਗਏ ਨੇ, ਨਿੱਜੇ ਹੀ ਅਕਾਲ ਪੁਰਖ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਏ। ਮੈਂ ਆਪਣੇ ਸਾਰੇ ਭਾਈਆਂ ਨਾਲ, ਆਪਣੇ ਇਸ ਪਰਿਵਾਰ ਦੇ ਨਾਲ ਨਿੱਜੀ ਤੌਰ ਦੇ ਉੱਤੇ ਆਪਣੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਹਿ ਦਿਲ ਤੋਂ ਹਮਦਰਦੀ ਪ੍ਰਗਟ ਕਰਦਾ ਹੋਇਆ, ਉਸ ਨੇਕ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਤੁਹਾਡੇ ਪ੍ਰਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਨੀਤਿਕ ਸਮਾਜਿਕ ਸੰਗਠਨਾਂ ਨੂੰ ਸਾਡੇ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਿਹੜੀਆਂ ਸੰਕੇਤਾਂ ਆਈਆਂ ਨੇ ਉਹਨਾਂ ਸਭਨਾਂ ਦਾ ਬਹੁਤ ਧੰਨਵਾਦ। ਬੇਨਤੀ ਹੈ ਕਿ ਸਾਰੇ ਪ੍ਰਸ਼ਾਦ ਲੈ ਕੇ ਜਾਣਗੇ, ਤੁਹਾਡਾ ਸਾਰੇ ਦਾ ਅਖੀਰ ਦੇ ਵਿੱਚ ਬਹੁਤ ਧੰਨਵਾਦ।